हेलो डियर स्टूडेंट्स, आई विल होप यू फिट एंड फाइन। बिफोर स्टार्ट द एबी, लेट्स टेक अ प्लेस। आई स्पेंड रिकमेंड टू बी सर्वाइंड एंड वियर इन माइंड एट ऑल टाइम्स आर एक्स टू माई सेल्फ एंड माई कोलिग्स फ्रॉम COVID-19। आई प्रॉमिस टू टेक अनसेसरी प्रिकॉशंस टू प्रिवेंट द स्प्रेड ऑफ दिस डेडली वायरस। आई प्रॉमिस टू फॉलो एंड केस अदर टू फॉलो द की कोविड अप्रोचेबल बिहेवियर, टू ऑलवेज बियर अ मास्क, फेस कवर, स्पेशली व्हेन इन पब्लिक प्लेसेस, टू मेंटेन अ मिनिमम डिस्टेंस फॉर 6 feet फ्रॉम अदर, टू वॉश माई हैंड फ्रीक्वेंटली एंड थॉरली विद सॉप एंड वाटर, टूगेदर वी विन हिज फाइट अगेंस्ट COVID-19। थैंक्स। आई विल एक्सप्लेन शो पंजाबी पार्ट क्रिस्टल सुनहरी होली 8th grade स्टूडेंट लैसन नंबर 11 सही फैसला कहानी, जो कि अवतार सिंह संधु की लिखी हुई है। अज आप सही फैसला कहानी बारे पढ़ांगे, ठीक है। ऐसे देखो हम पुत्र जी, तुम मेरे ना हरिमंदर साहब की यात्रा पर जाना है या नहीं। बाबे ने अपने पोते जसकरन नू कुर्सी उत्ते बैठन का इशारा करते हुए पूछया, बाबा जी हरिमंदर साहब यात्रा लई जाण दा मेरा बड़ा जी करता है, पर अठवीं पढ़दा जसकरन बोलदा बोलदा रुक गया। पुत्र जी पर कोई नहीं, साफ साफ दसो हाँ जा ना। देखो बाबा जी, घूमन फिरन नूं मैं भी चाहुंदा हाँ। साढ़े अध्यापक भी कहिंदे हन कि विद्यार्थियों नूं तां मिलदा इतिहासिक स्थान ते जाना चाहिए, पर मेरे सालां इंसान नेड़े आ रहे, इसलिए मैं जरा सोच के दसांगा। जसकरन दुप्पी विच बह गया, ਦੁੱਤੀ ਮਤਲਬ ਵਿੱਚ ਫਸ ਗਿਆ ਵੀ ਉਹ ਵੀ ਮੈਂ ਜਾਵਾਂ ਜਾਂ ਨਾ ਜਾਵਾਂ, ਠੀਕ ਹੈ। ਜਸਕਰਨ ਬੇਟੇ, ਇਹ ਦੁੱਤੀ ਦੋ ਚਿੱਤੀ ਵਾਲੀ ਗੱਲ ਹੈ, ਦੋ ਮਤਲਬ ਦੋ ਜਗ੍ਹਾ ਮਨ ਫਸਿਆ ਹੁੰਦਾ, ਠੀਕ ਹੈ। ਇਨਸਾਨ ਨੂੰ ਸਹੀ ਸਮੇਂ ਸਹੀ ਫੈਸਲਾ ਲੈਣਾ ਚਾਹੀਦਾ ਹੈ, ਠੀਕ ਹੈ। ਬਾਬਾ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ, ਮੈਨੂੰ ਜ਼ਰਾ ਸੋਚਣ ਦਿਓ। ਅੱਜ ਮੈਂ ਤੁਹਾਨੂੰ ਦੋ ਚੁੱਤੀ ਕਾਰਨ ਮਰੇ ਖਰਗੋਸ਼ ਦੀ ਕਹਾਣੀ ਦੱਸਦਾ। ਇਹ ਸੱਚੀ ਘਟਨਾ, ਇਹ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਸੀ ਸ਼੍ਰੀ ਪ੍ਰਤਾਪ ਸਿੰਘ ਕੈਰਲ, ਜੋ ਨੀਡਰ ਦੇ ਜਿਹੜੇ ਰਾਦੀ ਵਾਲਾ ਤੇ ਬੜਾ ਪੜ੍ਹਿਆ ਲਿਖਿਆ ਸੀ, ਪਰ ਉਸ ਦੀਆਂ ਗੱਲਾਂ, ਠੀਕ ਹੈ, ਸਾਧਾਰਨ ਗੱਲਾਂ ਬੜੀਆਂ ਅਰਥਪੂਰਨ ਹੁੰਦੀਆਂ। ਇੱਕ ਵਾਰ ਕੈਰੋ ਆਪਣੇ PA ਨਾਲ ਦਿੱਲੀ ਜਾ ਰਿਹਾ ਸੀ। ਰਾਤ ਦਾ ਸਮਾਂ ਸੀ ਅਤੇ ਉਸਦੀ ਗੱਡੀ ਬੜੀ ਤੇਜ਼ ਨਾਲ ਸੜਕ 'ਤੇ ਜਾ ਰਹੀ ਸੀ। ਅਚਾਨਕ ਸੜਕ ਵਿੱਚ ਖਰਗੋਸ਼ ਆ ਗਿਆ। ਖਰਗੋਸ਼ ਕੁਝ ਸੈਕਿੰਡ ਸੜਕ ਵਿੱਚ ਰੁਕਿਆ ਅਤੇ ਗੱਡੀ ਹੇਠ ਆ ਗਿਆ, ਠੀਕ ਹੈ। ਬਾਬਾ ਜੀ ਇੱਕ ਗੱਲ ਦੱਸੋ, ਖਰਗੋਸ਼ ਕੈਰੋ ਸਾਹਿਬ ਦੀ ਕਾਰ ਹੇਠਾਂ ਆਇਆ ਸੀ ਜਾਂ ਪੁਲਿਸ ਦੀ ਕਾਰ ਹੇਠਾਂ? ਜਸਕਰਨ ਦੀ ਗੱਲ ਸੁਣ ਕੇ ਬਾਬਾ ਜੀ ਉੱਚੀ ਹੱਸ ਪਿਆ, ਕਿਉਂਕਿ ਉਹ ਪੁਲਿਸ ਇੰਸਪੈਕਟਰ ਹੀ ਸੀ, ਠੀਕ ਹੈ। ਕਮਲਿਆ, ਮੈਂ ਭਲਾ ਵੇਖਿਆ ਹੈ ਕਿ ਕੀ ਗੱਲ ਕਰ ਰਹੇ ਹਾਂ? ਉਸ ਸਮੇਂ ਮੁੱਖ ਮੰਤਰੀ ਨਾਲ ਗਿਣਤੀ ਦੇ ਸਫਾਈ ਹੁੰਦੇ ਹਨ, ਹੁਣ ਦੇਖ ਲਓ ਮੁੱਖ ਮੰਤਰੀ ਨਾਲ ਪੂਰੀ ਫੌਜ ਹੁੰਦੀ ਹੈ। ਸੜਕ ਤੋਂ ਲੰਘਦਿਆਂ ਕਾਰਾਂ ਇੰਜ ਹੂਟਰ ਵਜਾਉਂਦੀਆਂ ਹਨ ਜਿਵੇਂ ਕਿਸੇ ਮੇਲੇ ਦੇ ਖੁੱਲ੍ਹਣ ਸਮੇਂ ਵੱਜਦੇ। ਬਾਬੇ ਨੂੰ ਫਿਰ ਹਾਸਾ ਆ ਗਿਆ। ਹਾਂਜੀ ਬੇਟਾ, ਜਿਹੜਾ ਮੁੱਖ ਮੰਤਰੀ ਹੁੰਦਾ ਉਹਨਾਂ ਦਾ ਪਤਾ ਪੁਲਿਸ ਫੋਰਸ ਵੀ ਹੁੰਦੀ ਹੋਈ ਆ, ਉਹਨਾਂ ਪੁਲਿਸ ਦੀ ਗੱਡੀਆਂ ਵੀ ਸੀਗੀਆਂ। ਪੁੱਤਰ ਜੀ, ਉਹ ਜ਼ਮਾਨੇ ਹੀ ਹੋਰ ਸਨ। ਲੀਡਰ ਮਤਲਬ ਨੇਤਾਵਾਂ, ਲੋਕਾਂ ਦੇ ਸੇਵਕ ਹੁੰਦੇ ਸਨ। ਲੋਕ ਲੀਡਰ ਨੂੰ ਹੱਥੀਂ ਛਾਵਾਂ ਕਰਦੇ ਸਨ। ਹੱਥੀਂ ਛਾਵਾਂ ਕਰਨ ਦਾ ਮੀਨਿੰਗ ਹੁੰਦਾ ਹੈ ਵੀ ਕਹਿ ਲਓ ਵੀ ਆਪਣੇ ਉਹਨਾਂ ਨੂੰ ਕਰਨਾ, ਪਿਆਰ ਕਰਨਾ, ਇੱਜ਼ਤ ਕਰਨੀ ਉਹਨਾਂ ਦੀ, ਠੀਕ ਹੈ। ਕਿਸੇ ਲੀਡਰ ਨੂੰ ਕੋਈ ਡਰ ਨਹੀਂ ਸੀ ਹੁੰਦਾ। ਹੁਣ ਤਾਂ ਲੀਡਰ ਡਰਦੇ ਮਾਰੇ ਆਪਾਂ ਜਾਨ ਲੁਕਾਉਂਦੇ, ਮਤਲਬ ਉਹ ਆਪਣੀਆਂ ਜਾਨ ਲੁਕਾਉਂਦੇ ਫਿਰਦੇ ਹਨ। ਚੱਲ ਛੱਡ, ਹੁਣ ਅੱਗੇ ਸੁਣ। ਜਦੋਂ ਖਰਗੋਸ਼ ਮਰ ਗਿਆ ਤਾਂ ਕੈਰੋ ਸਾਹਿਬ ਨੇ ਆਪਣੇ PA ਤੋਂ ਪੁੱਛਿਆ, ਕਿਉਂ ਬਈ ਇਹ ਖਰਗੋਸ਼ ਕਿਉਂ ਮਰ ਗਿਆ? ਉਸਦੇ PA ਬੋਲੇ, ਸਰਦਾਰ ਜੀ ਤੇਜ਼ ਰੋਸ਼ਨੀ ਕਾਰਨ ਖਰਗੋਸ਼ ਨੇ ਕੁਝ ਨਹੀਂ ਦੇਖਿਆ। ਬਿਲਕੁਲ ਗਲਤ, ਠੀਕ ਹੈ, ਉਹਦੇ PA ਨੇ ਕਿਹਾ। ਪਰ ਖਰਗੋਸ਼ ਵਿਚਕਾਰ ਸੜਕ ਆ ਕੇ ਫੈਸਲਾ ਨਹੀਂ ਕਰ ਸਕਿਆ ਕਿ ਉਹ ਅੱਗੇ ਜਾਵੇ ਜਾਂ ਪਿੱਛੇ ਜਾਵੇ। ਇਸੇ ਦੋ ਚਿੱਤੀ ਕਾਰਨ ਖਰਗੋਸ਼ ਮਾਰਿਆ ਗਿਆ। ਇਹ ਕਿਹਨੇ ਕਿਹਾ ਸੀਗਾ? ਕੈਰੋ ਸਾਹਿਬ ਨੇ। ਇਨਸਾਨ ਨੂੰ ਸਹੀ ਸਮੇਂ ਸਹੀ ਫੈਸਲਾ ਲੈਣਾ ਚਾਹੀਦਾ ਹੈ। ਕੈਰੋ ਸਾਹਿਬ ਦੀ ਗੱਲ ਸੁਣ ਕੇ PA ਹੈਰਾਨ ਰਹਿ ਗਿਆ। ਪੁੱਤਰ ਜੀ, ਕੈਰੋ ਸਾਹਿਬ ਦੀ ਇਹ ਗੱਲ ਬਿਲਕੁਲ ਠੀਕ ਹੈ। ਖਰਗੋਸ਼ ਦੀ ਦੋ ਚਿੱਤੀ ਉਸਦੀ ਮੌਤ ਦਾ ਕਾਰਨ ਹੁੰਦੀ। ਅਗਰ ਖਰਗੋਸ਼ ਅੱਗੇ ਜਾਣ ਦਾ ਫੈਸਲਾ ਕਰਨਾ ਤਾਂ ਉਸਦੀ ਜਾਨ ਬਚ ਜਾਣੀ ਸੀ। ਬਾਬੇ ਨੇ ਆਪਣੀ ਗੱਲ ਮੁਕਾ ਕੇ ਜਸਕਰਨ ਨੂੰ ਦੱਸਿਆ, ਬਾਬਾ ਜੀ ਇੱਕ ਗੱਲ ਮੇਰੀ ਸਮਝ ਵਿੱਚ ਨਹੀਂ ਹੈ। ਖਰਗੋਸ਼ ਦਾ ਜਾਨਵਰ ਸੀ, ਉਹ ਦੋ ਚਿੱਤੀ ਵਿੱਚ ਪੈ ਗਿਆ, ਪਰ ਕੈਰੋ ਸਾਹਿਬ ਕਾਰ ਖਵਾ ਕੇ ਖਰਗੋਸ਼ ਦੀ ਜਾਨ ਬਚਾ ਸਕਦੇ ਸਨ। ਪੁੱਤਰ ਜੀ, ਗੱਲ ਤੁਹਾਡੀ ਠੀਕ ਹੈ। ਕਾਰ ਕਾਫੀ ਤੇਜ਼ ਸੀ। ਕੈਰੋ ਸਾਹਿਬ ਨਹੀਂ ਬਲਕਿ ਉਹਨਾਂ ਦਾ ਡਰਾਈਵਰ ਚਲਾ ਰਿਹਾ ਸੀ। ਕਾਰ ਨੂੰ ਇੱਕਦਮ ਰੁਕਣਾ ਖਤਰੇ ਵਾਲੀ ਗੱਲ ਹੈ, ਠੀਕ ਹੈ। ਬਾਬਾ ਜੀ, ਇਸ ਘਟਨਾ ਵਿੱਚ ਸਿੱਖਿਆ ਮਿਲਦੀ ਹੈ ਕਿ ਇਨਸਾਨ ਨੂੰ ਸਹੀ ਸਮੇਂ ਸਹੀ ਫੈਸਲਾ ਕਰਨਾ ਚਾਹੀਦਾ ਹੈ। ਮੈਂ ਤਾਂ ਤੁਹਾਡੇ ਨਾਲ ਜਾਣ ਦਾ ਫੈਸਲਾ ਕਰ ਰਿਹਾ ਸੀ, ਪਰ ਮੰਮੀ ਜੀ ਨਹੀਂ ਮੰਨੇ। ਆਖਣ ਲੱਗੇ ਬੋਰਡ ਦੀ ਪ੍ਰੀਖਿਆ ਹੈ, ਕਿਤੇ ਤੇਰਾ ਸਾਲ ਨਾ ਮਾਰਿਆ ਜਾਵੇ। ਫਿਰ ਮੈਂ ਵੀ ਸੋਚੇ, ਘੁੰਮਣ ਫਿਰਨ ਲਈ ਤਾਂ ਪੂਰਾ ਸਾਲ ਪਿਆ ਹੈ, ਨਾਲੇ ਤੁਸੀਂ ਆਪ ਕਹਿੰਦੇ ਹੋ ਕਿ ਜਿਹੜਾ ਕਿਸਾਨ
ਵਧੀਆ ਹੱਲ ਵਾਹ ਕੇ ਵੀ ਵਧੀਆ ਬੀਜ ਬੀਜ ਕੇ ਸਮੇਂ ਸਿਰ ਪਾਣੀ ਲਾਉਂਦਾ ਹੈ, ਗੋਡੀ ਕਰਦਾ ਹੈ, ਪਰ ਫਸਲ ਪੱਕਣ ਦੇ ਉਸਨੂੰ ਸਮੇਂ ਸਿਰ ਨਹੀਂ ਵੱਢਦਾ, ਉਸ ਕਿਸਾਨ ਦੇ ਪੱਲੇ ਕੁਝ ਨਹੀਂ ਰਹਿੰਦਾ, ਮਤਲਬ ਕੁਝ ਵੀ ਹਾਸਲ ਨਹੀਂ ਹੁੰਦਾ। ਸਾਡਾ ਵੀ ਕਿਸਾਨਾਂ ਵਾਲਾ ਹੈ, ਸਾਰਾ ਸਾਲ ਅਸੀਂ ਮਿਹਨਤ ਕਰਦੇ ਹਾਂ, ਹੁਣ ਫਸਲ ਵੱਢਣ ਦਾ ਵੇਲਾ ਹੈ। ਓਏ ਬੱਲੇ ਪੁੱਤਰਾ, ਤੂੰ ਬੜਾ ਸਿਆਣਾ ਹੋ ਗਿਆ ਹੈ, ਉਹ ਦਾਦੇ ਨੇ ਫਿਰ ਉਹਨੂੰ ਕਿਹਾ, ਠੀਕ ਹੈ। ਉਸ ਵਾਰ ਹਾਂ ਬਾਬਾ ਜੀ, ਮੇਰਾ ਇਹੀ ਫੈਸਲਾ ਕਿ ਇਸ ਵਾਰ ਮੈਂ ਤੁਹਾਡੇ ਨਾਲ ਯਾਤਰਾ 'ਤੇ ਨਹੀਂ ਜਾਵਾਂਗਾ। ਜਸਕਰ ਨੇ ਆਪਣਾ ਫੈਸਲਾ ਬਾਬੇ ਨੂੰ ਸੁਣਾ ਦਿੱਤਾ, ਠੀਕ ਹੈ। ਸ਼ਾਬਾਸ਼, ਮੈਂ ਤਾਂ ਆਪ ਹੀ ਚਾਹੁੰਦਾ ਕਿ ਇਸ ਵਾਰ ਤੂੰ ਸਾਡੇ ਨਾਲ ਜਾਣ ਦੀ ਜਿੱਦ ਨਾ ਕਰੇ। ਰਾਤ ਮੈਂ ਤੇਰੇ ਡੈਡੀ ਨੂੰ ਵੀ ਦੱਸ ਦਿੱਤਾ ਸੀ ਕਿ, ਪਰ ਉਹ ਕਹਿਣ ਲੱਗਿਆ ਤੁਸੀਂ ਆਪ ਮਨਾ ਕਰ ਦੇਣਾ, ਠੀਕ ਹੈ। ਬਾਬਾ ਜੀ, ਮੈਂ ਵੀ ਮੰਮੀ ਨੂੰ ਵੀ ਆਖਿਆ ਸੀ ਕਿ ਉਹ ਵੀ ਇਹੀ ਕਹਿਣ ਕਿ ਮੈਂ ਕਿ ਤੇਰੇ ਪੇਪਰ ਪਹਿਲਾਂ, ਬਾਕੀ ਕੰਮ ਬਾਅਦ। ਬੱਲੇ ਪੁੱਤਰ, ਇਹਦਾ ਮਤਲਬ ਤੂੰ ਬਾਬੇ ਦਾ ਇਮਤਿਹਾਨ ਲਿਆ ਸੀ? ਬਾਬੇ ਨੇ ਪੋਤੇ ਨੂੰ ਕਲਾਵੇ ਵਿੱਚ ਲੈ ਲਏ, ਕਲਾਵੇ ਮਤਲਬ ਉਹਨੂੰ ਜੱਫੀ ਪਾ ਲਈ, ਠੀਕ ਹੈ। ਰਸੋਰ ਬਾਬਾ ਜੀ, ਮੈਂ ਤਾਂ ਵੇਖਣਾ ਚਾਹੁੰਦਾ ਸੀ ਕਿ ਤੁਸੀਂ ਮੇਰੇ ਬਾਰੇ ਕਿਸ ਤਰ੍ਹਾਂ ਦਾ ਫੈਸਲਾ ਕਰਦੇ ਹੋ। ਨਾਲੇ ਜੇ ਮੈਂ ਤੁਹਾਡੇ ਕੋਲ ਨਾ ਆਉਂਦਾ ਤਾਂ ਖਰਗੋਸ਼ ਵਾਲੀ ਘਟਨਾ ਕਿੱਦਾਂ ਸੁਣਦਾ? ਤੁਸੀਂ ਤਾਂ ਡੈਡੀ ਜੀ ਨੇ ਮੇਰੇ ਵਾਸਤੇ ਸਹੀ ਸਮੇਂ ਸਹੀ ਫੈਸਲਾ, ਮੈਂ ਬਹੁਤ ਖੁਸ਼ ਹਾਂ। ਪੋਤੇ ਨੇ ਘੁੱਟ ਕੇ ਬਾਬੇ ਨੂੰ ਜੱਫੀ ਪਾ ਲਈ, ਬਾਬੇ ਨੇ ਪਿਆਰ ਨਾਲ ਪੋਤੇ ਸਿਰ 'ਤੇ ਹੱਥ ਫੇਰਿਆ, ਠੀਕ ਹੈ। ਹਾਂਜੀ, ਕਲੀਅਰ ਆ ਬੇਟਾ ਸਟੂਡੈਂਟਸ? ਹੁਣ ਆਪਾਂ ਕਰਦੇ ਹਾਂ ਬੇਟਾ ਇਹਦਾ ਵਰਡ ਮੀਨਿੰਗ। ਦੋ ਚਿੱਤੀ ਵਿੱਚ ਫਸਣਾ ਮਤਲਬ ਦੋ ਪਾਸੇ ਸੋਚਣ ਦਾ ਘੁੰਮਣਾ, ਠੀਕ ਹੈ। ਦ੍ਰਿੜ ਮਤਲਬ ਪੱਕੇ ਭਲੀਆਂ ਸਮਾਂ ਮਤਲਬ ਚੰਗੇ ਵੇਲੀ ਆ। ਲੀਡਰ ਮਤਲਬ ਜਿੱਦਾਂ ਹੱਥੀਂ ਛਾਵਾਂ ਕਰਨੀਆਂ, ਪਿਆਰ ਕਰਨਾ, ਇੱਜ਼ਤ ਕਰਨੀ, ਜਾਨਾਂ ਲੁਕਾਉਣੀਆਂ, ਛਿਪਦੇ ਫਿਰਨਾ, ਕੁਝ ਪੱਲੇ ਨਾ ਰਹਿਣਾ, ਕੁਝ ਵੀ ਹਾਸਲ ਨਾ ਹੋਣਾ, ਠੀਕ ਹੈ। ਮਨਾ ਕਰ ਦੇਣ ਦਾ ਮੀਨਿੰਗ ਹੁੰਦਾ ਹੈ ਨਾ ਕਰ ਦੇ ਰਹੀ। ਕਲਾਵੇ ਮਤਲਬ ਬਹਾ, ਠੀਕ ਹੈ। ਨੈਕਸਟ ਹੈ ਬੇਟਾ ਆਪਣੇ ਐਮ ਸੀ ਕਿਊਸ। ਹਰਿਮੰਦਰ ਸਾਹਿਬ ਦੀ ਯਾਤਰਾ 'ਤੇ ਕੌਣ ਗਿਆ ਸੀ? ਬਾਬਾ, ਠੀਕ ਹੈ। ਪ੍ਰਤਾਪ ਸਿੰਘ ਕੈਰੋ ਕੌਣ ਸੀ? ਮੁੱਖ ਮੰਤਰੀ, ਠੀਕ ਹੈ। ਪ੍ਰਤਾਪ ਸਿੰਘ ਕੈਰੋ ਆਪਣੇ ਪੀਏ ਨਾਲ ਕਿੱਥੇ ਜਾ ਰਿਹਾ ਸੀ? ਦਿੱਲੀ, ਠੀਕ ਹੈ। ਇੱਥੇ ਦਿੱਲੀ 'ਤੇ ਆ ਕਾਰ ਹੇਠਾਂ ਕੌਣ ਆ ਗਿਆ ਸੀ? ਖਰਗੋਸ਼, ਓਕੇ। ਜਸਕਰ ਨੇ ਯਾਤਰਾ 'ਤੇ ਜਾਣ ਵਾਲੇ ਕੀ ਫੈਸਲਾ ਕੀਤਾ? ਨਾ ਜਾਣ ਦਾ ਫੈਸਲਾ ਕੀਤਾ, ਟਿੱਕੇ ਲਗਾਉਣਾ ਆਪਣੇ, ਠੀਕ ਹੈ। ਨੈਕਸਟ ਹੈ ਬੇਟਾ ਦੇ ਫਿਲਾਪਸ। ਬਾਬਾ ਪੋਤੇ ਨੂੰ ਡੈਸ਼ ਦੀ ਯਾਤਰਾ 'ਤੇ ਲਿਜਾਉਣਾ ਚਾਹੁੰਦਾ ਸੀ ਅੰਮ੍ਰਿਤਸਰ। ਪੋਤੇ ਦੀ ਡੈਸ਼ ਪ੍ਰੀਖਿਆ ਨੇੜੇ ਆ ਰਹੀ ਸੀ ਸਾਲਾਨਾ। ਕੈਰੋ ਸਾਹਿਬ ਮੁਤਾਬਿਕ ਖਰਗੋਸ਼ ਡੈਸ਼ ਵਿੱਚ ਪੈ ਗਿਆ ਸੀ ਦੋ ਚਿੱਤੀ ਵਿੱਚ। ਬੰਦੇ ਨੂੰ ਸਹੀ ਸਮੇਂ 'ਤੇ ਡੈਸ਼ ਲੈਣਾ ਚਾਹੀਦਾ ਹੈ, ਸਹੀ ਫੈਸਲਾ। ਹਾਂ, ਜਿਹੜੇ ਕਿਸਾਨ ਸਹੀ ਸਮੇਂ 'ਤੇ ਫਸਲ ਨਹੀਂ ਬਣਦੀ ਉਹਨਾਂ ਦੀ ਡੈਸ਼ ਨਹੀਂ ਪੈਂਦਾ ਪੱਲੇ ਕੁਝ, ਠੀਕ ਹੈ। ਨੈਕਸਟ ਹੈ ਟੂ ਪੁਆਇੰਟਸ। ਬਾਬੇ ਅਤੇ ਪੋਤੇ ਦਾ ਆਪਸ ਵਿੱਚ ਬਹੁਤ ਜ਼ਿਆਦਾ ਪਿਆਰ ਸੀ, ਸਹੀ। ਬਾਬਾ ਸੱਚਮੁੱਚ ਪੋਤੇ ਨੂੰ ਯਾਤਰਾ 'ਤੇ ਲਿਜਾਉਣਾ ਚਾਹੁੰਦਾ ਸੀ, ਗਲਤ। ਪੋਤੇ ਦੇ ਸਹੀ ਫੈਸਲੇ 'ਤੇ ਬਾਬਾ ਬਹੁਤ ਖੁਸ਼ ਹੋਇਆ, ਸਹੀ। ਪ੍ਰਤਾਪ ਸਿੰਘ ਕੈਰੋ ਭਾਰਤ ਦੇ ਪ੍ਰਧਾਨ ਮੰਤਰੀ ਸਨ, ਗਲਤ। ਉਹ ਮੁੱਖ ਮੰਤਰੀ ਸਨ, ਠੀਕ ਹੈ। ਅੱਜ ਕੱਲ੍ਹ ਨੇਤਾ ਬੜੇ ਨਿਡਰ ਅਤੇ ਦ੍ਰਿੜ ਇਰਾਦੇ ਵਾਲੇ ਹਨ, ਗਲਤ, ਠੀਕ ਹੈ। ਹਾਂਜੀ ਸਟੂਡੈਂਟ, ਆਪਣਾ ਇਹ ਲੈਸਨ ਕੰਪਲੀਟ ਹੈ। ਬੁੱਕ ਵਰਕ ਬੇਟਾ ਤੁਸੀਂ ਮੰਮੀ ਉਹਨੂੰ, ਠੀਕ ਹੈ, ਰੀਡ ਕਰਨਾ ਤਾਂ ਅਤੇ ਬੁੱਕ ਵਰਕ ਕੰਪਲੀਟ ਕਰਨਾ। ਓਕੇ, ਥੈਂਕ ਯੂ, ਹੈਵ ਅ ਨਾਈਸ।